ਲੱਗਾ ਹੋਇਆ ਹੈ ਸਿਦਾਰ ਬਾਰ ਦਸ ਮੇਸ਼ ਜੀ ਦਾ ਵੇਖ ਵੇਖ ਜੀ ਨੂੰ ਕਦੀ ਚਿੱਤ ਨਾ ਰਜਾਇਆ ਜਾਵੇ ਇੱਕ ਪਾਸੇ ਬੈਠੀ ਹੋਈ ਆਂਦੀ ਸੀ ਬਹਾਦਰੀ ਇਹ ਸਵਾ ਲੱਖ ਵੈਰੀ ਨਾਲ ਇੱਕੋ ਹੀ ਲੜਾਇਆ ਜਾਵੇ ਆਂਦੀ ਸੀ ਹਕਮ ਦੂਜੇ ਪਾਸੇ ਵੱਲ ਬੈਠੀ ਹੋਈ ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਵੇ ਲక్ష్ਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ ਉਹਦੇ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜਾਇਆ ਜਾਵੇ ਆंदे ਸੀ ਫਕੀਰੇ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ ਪੈਰਾਂ ਤੇ ਖਿਤਾਬਾਂ ਤੇ ਜਾਗੀਰਾਂ ਨੂੰ ਰੁਲਾਇਆ ਜਾਵੇ ਸੁੰਦਰਤਾਈ ਆਖ ਦੇ ਸੀ ਪੰਜ ਕੱਕੀ ਛਬ ਨਾਲ ਪਰੀਆਂ ਤੇ ਅਚਰਾਂ ਦਾ ਦਿਲ ਪਰਮਾਇਆ ਜਾਵੇ ਈਲੰਪਿਆ ਆਖ ਦਾ ਸੀ ਘੋੜਿਆਂ ਦੇ ਸੇਵਕਾਂ ਤੋਂ ਡੋਂਗਿਆਂ ਕਵਿਤਾਾਂ ਦੇ ਜਾ ਅਰਥਾਂ ਨੂੰ ਕਰਾਇਆ ਜਾਵੇ ਅਦਲਪਿਆ ਆਂਦਾ ਸੀ ਜੇ ਆਪਣਾ ਹੀ ਹੋਵੇ ਪਾਪੀ ਉਹਨੂੰ ਵੀ ਮਸੰਦਾ ਮੰਗ ਜ਼ਿੰਦਾ ਹੀ ਜਲਾਇਆ ਜਾਵੇ ਰਿੱਧੇ ਸਿੱਧੇ ਆਖ ਦੇ ਸੇ ਗੁਪਤ ਰਹੇ ਸਭ ਕੁਝ ਖੰਡੇ ਵਾਲੀ ਧਾਰੋਂ ਕੇਵਲ ਅੰਮ੍ਰਿਤ ਹੀ ਵਗਾਇਆ ਜਾਵੇ ਕਹਿੰਦੇ ਸੇ ਕੁਰਬਾਨੀ ਪਈ ਸਿੱਖੀ ਦੇ ਮਹੱਲ ਵਿੱਚ ਜਗਾ ਇਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ ਆਂਦੇ ਸੇ ਗੁਰਿਆਈ ਕੋਲ ਇਹ ਪੀਜੇ ਕਰ ਹੋ ਜਾਵੇ ਤਾਂ ਵੀ ਹੰਝੂ ਅੱਖੀਆਂ 'ਚੋਂ ਇੱਕ ਨਾ ਡੁਲਾਇਆ ਜਾਵੇ ਕੀ ਮੈਂ ਦੱਸਾਂ ਹਾਲ ਉਸ ਆਲੀ ਦੇ ਦਰਬਾਰ ਵਾਲਾ ਬੋਲ ਮੈਨੂੰ ਲੱਭਦੇ ਨਹੀਂ ਜਿਨ੍ਹਾਂ 'ਚ ਸੁਣਾਇਆ ਜਾਵੇ